ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਸਾਡਾ ਵਿਸ਼ਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਵਨ ਅਤੇ ਫਲਸਫਾ। ਸਭ ਤੋਂ ਪਹਿਲਾਂ ਤਾਂ ਸਾਡੇ ਸਮੂਹ ਸਰੋਤਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਕਿ ਅਸੀਂ ਵਿਸ਼ਵ ਪੱਧਰ ਦੇ ਉੱਤੇ ਬਹੁਤ ਹੀ ਚਾਅ ਉਮਾ ਅਤੇ ਚੜ੍ਹਦੀ ਕਲਾ ਨਾਲ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦਾ ਜੀਵਨ ਇਤਿਹਾਸ ਅਤੇ ਸਤਿਗੁਰਾਂ ਦਾ ਫਲਸਫਾ ਸੰਸਾਰ ਨੂੰ ਚੜ੍ਹਦੀ ਕਲਾ ਦਿੰਦਾ, ਸਵੈ ਮਾਣ ਦਿੰਦਾ, ਆਤਮ ਵਿਸ਼ਵਾਸ ਵੱਧਦਾ ਔਰ ਇੱਕ ਜਿਹੜੀ ਸਮੁੱਚੀ ਜੀਵਨ ਯੁਗਤ ਹੈ ਕਿ ਕਿਸੇ ਧਰਤੀ ਦੇ ਬਛਿੰਦੇ ਨੂੰ ਜਿਉਣ ਵਾਸਤੇ ਉਹਦਾ ਚੱਜ ਚਾਰ, ਉਹਦਾ ਰਹਿਣ ਸਹਿਣ ਤਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਸਵੇਂ ਜਾਮੇ ਤੱਕ ਜਿਹੜੀ ਸੰਪੂਰਨ ਕਾਰਤ ਘੜਦੇ ਨੇ ਉਹ ਸਮੁੱਚਾ ਸਾਨੂੰ ਵਰਤਾਰਾ ਸਤਿਗੁਰਾਂ ਦੇ ਜੀਵਨ ਇਤਿਹਾਸ ਵਿੱਚੋਂ, ਸਤਿਗੁਰਾਂ ਦੀਆਂ ਰਚਨਾਵਾਂ ਦੇ ਵਿੱਚੋਂ ਜਿਹੜਾ ਅਸੀਂ ਮਹਿਸੂਸ ਕਰਦੇ ਹਾਂ, ਪੜ੍ਹਦੇ ਹਾਂ, ਜਾਣਦੇ ਹਾਂ, ਵਾਚਦੇ ਹਾਂ, ਅਨੁਭਵ ਕਰਦੇ ਹਾਂ। ਲਾਲਾ ਦੌਲਤ ਰਾਏ ਜੀ ਕਹਿੰਦੇ ਨੇ ਕਿ ਜਦੋਂ ਸਾਰੇ ਸੁਹੱਪਣ, ਸਾਰੀਆਂ ਸਿਆਣਪਾਂ ਜਿੱਥੇ ਇਕੱਤਰਿਤ ਹੋਈਆਂ ਉਸ ਵਜੂਦ ਦਾ ਨਾਂ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ। ਸਤਿਗੁਰਾਂ ਨੇ ਇਸ ਧਰਤੀ 'ਤੇ ਆਉਣ ਦਾ ਮਨੋਰਥ ਵੀ ਆਪਣੀ ਜੀਵਨ ਕਥਾ ਵਿੱਚ ਰਚਿਆ, ਧਰਮ ਚਲਾਵਨ ਸੰਤੋ ਵਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ, ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗ ਤਮਾਸ਼ਾ। ਇਹ ਜਗ ਤਮਾਸ਼ਾ ਜਿਸ ਤਰ੍ਹਾਂ ਦਾ ਵਰਤਾਰਾ ਸੀ, ਇੱਥੇ ਧਰਮੀ ਵੀ ਸੀ, ਅਧਰਮੀ ਵੀ ਸੀ, ਇੱਥੇ ਜਬਰ ਜ਼ੁਲਮ ਵੀ ਸੀ, ਇੱਥੇ ਸੱਚ 'ਤੇ ਪਹਿਰਾ ਦੇਣ ਵਾਲੇ ਵੀ ਲੋਕ ਸਨ ਪਰ ਸਮੇਂ ਦੀਆਂ ਹਕੂਮਤਾਂ ਤੋਂ ਡਰੇ ਹੋਏ ਵੀ ਸਨ, ਇੱਥੇ ਪਾਪੀ ਵੀ ਸੀ, ਪੁੰਨੇ ਵੀ ਸੀ। ਪਰ ਸਤਿਗੁਰਾਂ ਦਾ ਮਿਸ਼ਨ ਹੈ ਕਿ ਜਿਹੜਾ ਧਰਮ ਚਲਾਵਨ ਸੰਤੋ ਵਾਰਨ, ਹੇ ਭਾਈ ਸੰਸਾਰ ਦੇ ਲੋਕੋ, ਜਿੱਥੇ ਸੱਚੇ ਧਰਮ ਦਾ, ਸੱਚ ਦਾ ਬੋਲਬਾਲਾ ਹੋਵੇ, ਇਹ ਸਾਡਾ ਮਿਸ਼ਨ ਹੈ। ਔਰ ਸਤਿਗੁਰਾਂ ਨੇ ਇਸ ਜਗਤ ਤਮਾਸ਼ੇ ਨੂੰ ਜਾਂ ਇਸ ਜਗਤ ਤਮਾਸ਼ੇ ਵਿੱਚ ਆਪਣੇ ਸੰਸਾਰੀ ਜੀਵਨ ਕਾਲ ਜਿਹੜਾ ਤਕਰੀਬਨ 42 ਸਾਲ ਦੀ, ਜਿਹੜਾ ਪੰਜ ਭੌਤਿਕ ਸਰੀਰ ਦੇ ਵਿੱਚ ਜਿਸ ਨੂੰ ਅਸੀਂ ਪੜ੍ਹਦੇ ਹਾਂ, ਵਾਚਦੇ ਹਾਂ, ਸੁਣਦੇ ਹਾਂ ਅਤੇ ਇਤਿਹਾਸਕਾਰੀ 'ਚੋਂ ਲੈਂਦੇ ਹਾਂ, ਸਤਿਗੁਰਾਂ ਦੀ ਬਾਣੀ 'ਚੋਂ ਮਹਿਸੂਸ ਕਰਦੇ ਹਾਂ, ਉਹ ਸੱਚਮੁੱਚ ਜਿਸ ਵੀ ਦੁਨੀਆਂ ਦੇ ਵਿਦਵਾਨ ਨੇ ਸਤਿਗੁਰਾਂ ਦੇ ਜੀਵਨ ਬਾਰੇ ਲਿਖਿਆ। ਔਰ ਕਿਹਾ ਜਾਂਦਾ ਕਿ ਜਿਵੇਂ ਤੇਜ਼ ਘੋੜੇ ਦੀ ਰਫ਼ਤਾਰ ਹੋਵੇ, ਉਹਦੇ 'ਤੇ ਕੋਈ ਸਵਾਰ ਹੋਵੇ, ਇੰਨਾ ਤੇਜ਼ੀ ਨਾਲ ਜੀਵਨ ਵਿੱਚ ਘਟਨਾਵਾਂ ਵਾਪਰਦੀਆਂ ਨੇ। ਅਕਸਰ ਕਿਹਾ ਜਾਂਦਾ ਹੈ ਕਿ ਸੰਸਾਰ ਵਿੱਚ ਜਦੋਂ ਕੋਈ ਗੁਰਤਾ ਗੱਦੀ 'ਤੇ ਸਵਾਇਮਾਨ ਹੁੰਦਾ, ਉਸ ਦਾ ਬਹੁਤ ਸਾਰੇ ਫੁੱਲਾਂ ਨਾਲ ਅਤੇ ਸਰੋਪਿਆਂ ਨਾਲ ਸਤਿਕਾਰ ਕੀਤਾ ਜਾਂਦਾ। ਪਰ ਕਲਗੀਧਰ ਪਾਤਸ਼ਾਹ ਜਦ ਗੁਰਿਆਈ 'ਤੇ ਸਵਾਇਮਾਨ ਹੋਏ ਤਾਂ ਕੀ ਮਿਲਿਆ? ਪਿਤਾ ਦਾ ਕੱਟਿਆ ਹੋਇਆ ਸੀਸ। ਤਾਂ ਜੇ ਮਹਿਸੂਸ ਕਰੀਏ ਕਿ ਸੰਸਾਰੀ ਉਮਰ ਕੇਵਲ 9 ਸਾਲ, ਇੱਕ ਪਾਸੇ ਦਿੱਲੀ ਸਲਤਨਤ, ਇੱਕ ਪਾਸੇ ਜਬਰ ਅਤੇ ਜ਼ੁਲਮ, 9ਵੇਂ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ, ਔਰ ਜੇ ਇਸ ਭਿਅੰਕਰ ਸਮੇਂ ਦੇ ਵਿੱਚ ਆਮ ਜਿਹੜਾ ਸਮਾਜ ਹੁੰਦਾ ਉਹਦੇ ਵਿੱਚ ਉਦਾਸੀਨਤਾ ਵੀ ਆਉਂਦੀ ਆ, ਗਮਗੀਨਤਾ ਵੀ ਆਉਂਦੀ ਹੈ, ਪਰ ਉਹਦੇ ਵਿੱਚੋਂ ਚੜ੍ਹਦੀ ਕਲਾ ਦਾ ਆਗਾਜ਼ ਹੋਣਾ, ਨਿਆਰਾ ਸਰੂਪ ਦਾ ਵਜੂਦ ਸਥਾਪਿਤ ਹੋਣਾ, ਇਹ ਇੱਕ ਕਰਾਮਾਤੀ ਜਿਹੜੀਆਂ ਘਟਨਾਵਾਂ ਨੇ ਸਤਿਗੁਰਾਂ ਦੇ ਜੀਵਨ ਇਤਿਹਾਸ ਦੀਆਂ।
ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਉਂਕਿ ਇਸ ਸੰਸਾਰ ਨੂੰ ਇੱਕ ਪੂਰਨੇ ਪਾ ਕੇ ਦਿੱਤੇ ਆ ਕਿ ਜਿਉਣਾ ਕੀ ਹੈ, ਸਵੈਮਾਨ ਕੀ ਹੈ, ਅਣਖ ਕੀ ਹੈ, ਜੁਰਤ ਕੀ ਹੈ, ਦਲੇਰੀ ਕੀ ਹੈ, ਚੜ੍ਹਦੀ ਕਲਾ ਕੀ ਹੈ, ਆਤਮ ਵਿਸ਼ਵਾਸ ਕੀ ਹੈ ਅਤੇ ਸੱਚ ਜ਼ਬਤ ਅਤੇ ਜ਼ੁਲਮ ਦੇ ਖਿਲਾਫ ਕਿਵੇਂ ਜੂਝਦਾ। ਔਰ ਜਦ ਵੀ ਸਤਿਗੁਰੂ ਸ਼ੁਕਰਾਨਾ ਕਰਦੇ ਉਸ ਅਕਾਲ ਪੁਰਖ ਦਾ, ਭਾਵੇਂ ਭੰਗਾਣੀ ਦਾ ਜੰਗ ਜਿੱਤਿਆ ਜਾਂਦਾ ਪਰ ਸਤਿਗੁਰੂ ਜਿਹੜੇ ਦਰਬਾਰੀ ਸਿੱਖ ਕਹਿੰਦੇ ਨੇ ਕਿ ਸਤਿਗੁਰੂ ਸਾਡੀ ਜਿੱਤ ਹੋਈ ਹੈ, ਪਰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਪੂਰਨੇ ਪਾ ਕੇ ਦੱਸਦੇ ਨੇ ਨਾਦੀ ਪਰਿਵਾਰ ਨੂੰ ਵੀ ਕਿ ਪਈ ਜੀਤ ਮੇਰੀ ਕਿਰਪਾ ਕਾਲ ਕੇਰੀ, ਉਸ ਅਕਾਲ ਪੁਰਖ ਦੀ ਕਿਰਪਾ ਨਾਲ ਹੈ। ਇਸੇ ਲਈ ਖਾਲਸਾ ਵਾਹਿਗੁਰੂ ਦਾ ਹੈ ਅਤੇ ਫਤਿਹ ਵੀ ਵਾਹਿਗੁਰੂ ਦੀ ਹੈ। ਇਸੇ ਲਈ ਭਾਈ ਨੰਦ ਲਾਲ ਜੀ ਕਹਿੰਦੇ ਨੇ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਸੱਚ ਦਾ ਸੰਦੇਸ਼ ਦੇਣ ਵਾਲੇ ਨੇ। ਬਾਦਸ਼ਾਹੀਅਤ ਵੀ ਹੈ ਕਿ ਜਿੱਥੇ ਮੀਰੀ ਪੀਰੀ ਦਾ ਸੁਮੇਲ ਹੈ, ਸੰਤ ਸਿਪਾਹੀ ਦਾ ਸੁਮੇਲ ਹੈ, ਉੱਥੇ ਬਾਦਸ਼ਾਹੀਅਤ ਵੀ ਹੈ। ਤਖ਼ਤ ਨੇ, ਕਿਲੇ ਨੇ, ਫੌਜਾਂ ਨੇ, ਧੌਂਸੇ ਨੇ, ਨਗਾਰੇ ਨੇ, ਚੜ੍ਹਾਈ ਕਰਦੀਆਂ ਨੇ ਫੌਜਾਂ, ਪਰ ਉਸ ਸਾਰੇ ਮਾਹੌਲ ਦੇ ਵਿੱਚ ਜਦ ਦਰਵੇਸ਼ੀ ਦੀ ਗੱਲ ਆਉਂਦੀ ਹੈ ਤਾਂ ਫਿਰ ਯਾਰੜੇ ਦਾ ਸਾਨੂੰ ਸੱਥਰ ਚੰਗਾ ਪੱਠ ਖੇੜਿਆਂ ਦਾ ਰਹਿਣਾ ਵੀ ਸਤਿਗੁਰੂ ਹੀ ਉਪਦੇਸ਼ ਬਖਸ਼ਿਸ਼ ਕਰਦੇ ਨੇ, ਇਹ ਦਰਵੇਸ਼ੀ ਦੇ ਖਿਆਲ ਵੀ ਨੇ। ਇਸੇ ਲਈ ਸਤਿਗੁਰਾਂ ਨੂੰ ਸੰਤ ਸਿਪਾਹੀ, ਆਪੇ ਗੁਰ ਚੇਲਾ, ਬਾਦਸ਼ਾਹ ਦਰਵੇਸ਼, ਬਹਾਦਰ ਜਰਨੈਲ, ਕਲਮ ਦੇ ਧਨੀ, ਬਹੁਤ ਸਾਰੇ ਵਿਸ਼ੇਸ਼ਣਾਂ ਨਾਲ ਅਸੀਂ ਯਾਦ ਕਰਦੇ ਹਾਂ ਕਿਉਂਕਿ ਇਸ ਧਰਤੀ ਦੀ ਮਾਨਵਤਾ ਜਿਹੜੀ ਹੈ, ਮਾਨਵਤਾ ਦੀ ਅੱਗੇ ਮਾਨਸਿਕਤਾ ਇਹ ਮੰਨ ਬੈਠੀ ਸੀ ਕਿ ਕਾਮ ਹਮਾਰਾ ਕੋ ਤੋਲੇ ਤੱਕੜੀ, ਨੰਗੀ ਕਰਦ ਕਬੂ ਨਹੀਂ ਪਕੜੀ, ਚਿੜੀ ਉੜੈ ਤੋ ਹਮ ਡਰ ਜਾਏ, ਮੁਗਲਨ ਸੋ ਕੈਸੇ ਲੜ ਪਾਏ। ਸਤਿਗੁਰਾਂ ਦਾ ਉਪਦੇਸ਼ ਹੈ ਕਿ ਚਿੜੀਓਂ ਸੇ ਮੈਂ ਬਾਜ ਤੜਾਉਂ, ਕਿਉਂਕਿ ਬਾਜ ਵੀ ਜਿਹੜਾ ਇਸਤਰੀ ਲਿੰਗ ਹੈ ਅਤੇ ਚਿੜੀ ਵੀ, ਚਿੜੀ ਡਰਪੋਕ ਪੁਣੇ ਦਾ ਪ੍ਰਤੀਕ ਹੈ ਪਰ ਬਾਜ ਸ਼ਕਤੀ ਦਾ ਪ੍ਰਤੀਕ ਹੈ, ਪਰ ਜਿਹੜਾ ਪਲਿੰਗ ਬਾਜ ਹੁੰਦਾ ਉਹ ਜੁਰਰਾ ਹੁੰਦਾ, ਜੁਰਰਾ। ਔਰ ਗਿੱਦੜ ਡਰਪੋਕ ਪੁਣੇ ਦਾ ਪ੍ਰਤੀਕ ਹੈ, ਗਿੱਦੜੋਂ ਸੇ ਮੈਂ ਸ਼ੇਰ ਬਣਾਉਂ। ਸ਼ੇਰ ਇੱਕ ਸਵੈ ਤੰਤਰਤਾ ਦਾ, ਸਵੈ ਮਾਣ ਦਾ, ਆਜ਼ਾਦੀ ਦਾ ਪ੍ਰਤੀਕ ਹੈ। ਤਾਂ ਸਵਾ ਲੱਖ ਸੇ ਏਕ ਲੜਾਉਂ ਤਬੈ ਗੋਬਿੰਦ ਸਿੰਘ ਨਾਮ ਕਹਾਉਂ। ਸਤਿਗੁਰਾਂ ਦਾ ਇੱਕ ਇੱਕ ਸਿੰਘ ਸਵਾ ਸਵਾ ਲੱਖ ਨਾਲ ਚਮਕੌਰ ਦੀ ਗੜੀ 'ਚ ਲੜਿਆ, ਅਨੰਦਪੁਰ ਸਾਹਿਬ ਵਿਖੇ ਵੀ ਲੜਿਆ, ਤਾਂ ਖਿਦਰਾਣੇ ਦੀ ਢਾਬ 'ਤੇ ਵੀ ਜੂਝਿਆ। ਸਤਿਗੁਰਾਂ ਨੇ ਪ੍ਰਗਟ ਰੂਪ ਇਹ ਸੰਸਾਰ ਨੂੰ ਦਿੱਤਾ ਔਰ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਹੈ। ਸਿੰਘ ਸਭਾ ਲਹਿਰ ਦਾ ਸਮੁੱਚਾ ਇਤਿਹਾਸ ਪੜ੍ਹ ਲਈਏ, ਉਸ ਸਮੇਂ ਦੇ ਸਮਕਾਲੀ ਅਖਬਾਰ ਪੜ੍ਹੀਏ, ਸਿੰਘ ਸਭੀਏ ਕਹਿੰਦੇ ਹੁੰਦੇ ਸਨ ਕਿ ਤੁਹਾਡਾ ਵਜੂਦ ਕਾਇਮ ਰਹੇਗਾ ਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਕਕਾਰਾਂ ਦੇ ਸਦਕਾ, ਕਿਉਂਕਿ ਕਿੱਸਾਧਾਰੀ ਹੋਰ ਮਤਾਂ ਦੇ ਲੋਕ ਵੀ ਹੋ ਸਕਦੇ ਨੇ ਪਰ ਪੰਜ ਕਕਾਰ ਜਿਹੜੇ ਹੈ ਇਹ ਕਿਸੇ ਵਿੱਚ ਰਲਗੜ ਨਹੀਂ ਹੋਣ ਦੇਣਗੇ ਤੁਹਾਨੂੰ। ਔਰ ਜਿਵੇਂ ਇੱਕ ਹੋਰ ਵਿਦਵਾਨ ਨੇ ਲਿਖਿਆ ਕਿ ਹੁਣ ਸਿੱਖ ਸਮਾਜ ਜਿਹੜਾ ਇਹਦੇ ਨਾਲ ਛੇਵਾਂ ਕਲਮ ਨੂੰ ਵੀ ਜ਼ਰੂਰ ਜੋੜੇ। ਇਹ ਬਹੁਤ ਪੁਰਾਣੀ ਰਚਨਾ ਹੈ ਕਿਸੇ ਗੁਰਮੁਖ ਪਿਆਰੇ ਦੀ। ਇਹ ਕਲਮ ਨੂੰ ਪੜ੍ਹਨਾ, ਕਲਮਾਂ ਵਾਲਿਆਂ ਨੂੰ ਪੜ੍ਹਨਾ ਅਤੇ ਕਲਮ ਚਲਾਉਣੀ, ਇਹ ਸ਼ਕਤੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਹੈ, ਸਾਡੀ ਕਹਿ ਲਓ ਕਿ ਸਾਡੀ ਪਰੰਪਰਾ ਵਿੱਚ ਹੈ, ਸਾਡੇ ਇਤਿਹਾਸ ਵਿੱਚ ਹੈ ਕਿ ਸਤਿਗੁਰਾਂ ਨੇ ਧਰਮ ਯੁੱਧ ਲਈ
14 ਯੁੱਧ ਕੀਤੇ, ਫਤਿਹ ਪਾਈ, ਕਿਉਂਕਿ ਇਹ ਸੱਚ ਦੀ ਹੱਕ ਦੀ ਆਵਾਜ਼ ਸੀ ਅਤੇ ਜ਼ਬਰ ਜ਼ੁਲਮ ਨੂੰ ਲਲਕਾਰ ਸੀ। ਇਸ ਲਈ ਤਾਂ ਸਤਿਗੁਰੂ ਕਹਿੰਦੇ, ਪਖਾਣ ਪੂਜ ਹੋ ਨਹੀਂ ਨਾ ਭੇਖ ਪੀਜ ਹੋ ਕਹੀਂ, ਅਨੰਤ ਨਾਮ ਗਾਏ ਹੋ ਪਰਮ ਪੁਰਖ ਪਾਏ ਹੋ, ਨਾ ਜਟਾ ਜੂਟ ਧਾਰ ਹੋ ਨਾ ਮੁੰਦਰ ਕਾ ਸੁਧਾਰ ਹੋ, ਕਾਣ ਕਾਹੋ ਕੀ ਧਰੋ ਜੋ ਕਹੋ ਪ੍ਰਭ ਸੋ ਹੋ ਕਰੋ, ਭਜੋ ਸੋ ਏਕ ਨਾਮ ਜੋ ਕਾਮ ਸਰਬ ਠਾਮ, ਨਾ ਜਾ ਪਾਨ ਕੋ ਜਪੋ ਨਾ ਥਾ ਪਾਨ ਕੋ ਥਪੋ, ਤਵਕ ਨਾਮ ਰਤਿੰਗ ਆਨ ਮਾਨ ਮਤਿੰਗ। ਹੇ ਕਾਲ ਪੁਰਖ, ਮੈਂ ਤੇਰੇ ਨਾਮ ਵਿੱਚ ਰੱਤਾ ਹੋਇਆ, ਮੈਂ ਕਿਸੇ ਭੇਖ ਨੂੰ ਨਹੀਂ ਮੰਨਾਂਗਾ। ਜਿੰਨਾ ਪਖੰਡ ਕਰਮ ਭਾਰਤੀ ਸੰਸਕ੍ਰਿਤੀ ਵਿੱਚ ਸੀ ਜਾਂ ਇਸ ਧਰਤੀ ਦੇ ਲੋਕਾਂ ਵਿੱਚ ਸੀ, ਸਤਿਗੁਰਾਂ ਨੇ ਉਹਨੂੰ ਇਸ ਲਈ ਖੰਡਨ ਕੀਤਾ ਕਿ ਮਾਨਸਿਕ ਅਤੇ ਬੌਧਿਕ ਤੌਰ 'ਤੇ ਜੇਕਰ ਸਮਾਜ ਨੇ ਉੱਚਾ ਉੱਠਣਾ, ਇਹਨੂੰ ਤਿਆਗ ਕਰਨਾ ਪਏਗਾ। ਜਿਹੜਾ ਸਤਿਗੁਰਾਂ ਦਾ ਵਚਨ ਹੈ ਨਾ, ਧੀਰਜ ਤਾਮ ਬਣਾਏ ਇਹ ਤਨ ਬੁੱਧ ਸੋ ਦੀਪਕ ਜਿਉਂ ਉਜਿਆਰੈ, ਗਿਆਨ ਹੈ ਕਿ ਵਢਣੀ ਮਨੋ ਹਾਥ ਲੈ ਕਾ ਤਰਤਾ ਕੁਤਵਾਰ ਬਹਾਰ ਹੈ। ਇਸ ਸਰੀਰ ਨੂੰ ਧੀਰਜ ਦਾ ਘਰ ਬਣਾਉਣਾ ਅਤੇ ਬੁੱਧ ਸੋ ਦੀਪਕ ਜਿਉਂ ਉਜਿਆਰੈ, ਆਪਣੀ ਬੁੱਧ ਰੂਪੀ ਦੀਵਾ ਜਗਦਾ ਰੱਖਣਾ। ਜਦੋਂ ਗਿਆਨ ਰੂਪੀ ਵਢਣੀ ਹੱਥ ਵਿੱਚ ਹੋਏਗੀ, ਮਨ ਰੂਪੀ ਹੱਥ ਦੇ ਵਿੱਚ, ਇਹ ਕੈਰਤਾ ਦਾ ਨਿਕੰਮਾ ਕੂੜਾ ਹੂੰਝ ਕੇ ਆਪਣੇ ਆਪ ਸੁੱਟਿਆ ਜਾਏਗਾ। ਇਹ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ, ਪੰਥ ਦੀ ਸਾਜਨਾ ਕੀਤੀ, ਔਰ ਤਾਂ ਹੀ ਭਾਈ ਗੁਰਦਾਸ ਦੂਜੇ ਜੀ ਕਹਿੰਦੇ ਨੇ, ਵਾਹ ਪ੍ਰਗਟਿਓ ਮਰਦ ਗੰਬੜਾ ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਨੇ ਸੰਸਾਰ ਭਰ ਦੇ ਵਿੱਚ ਸਾਡਾ ਨਿਆਰਾ ਵਜੂਦ, ਨਿਆਰਾ ਸਰੂਪ, ਨਿਆਰੇ ਬੋਲ, ਸਾਡੀ ਭਾਸ਼ਾ ਦਾ ਮਾਣ, ਆਪਣੀ ਹੋਣ ਦਾ ਸਵੈ ਮਾਣ, ਅਤੇ ਜ਼ਬਰ ਜ਼ੁਲਮ ਦੇ ਖਿਲਾਫ ਜਿਹੜੀ ਆਵਾਜ਼ ਬੁਲੰਦ ਕਰਨੀ, ਇਹ ਸਤਿਗੁਰਾਂ ਦੀਆਂ ਮਹਾਨ ਬਖਸ਼ਿਸ਼ਾਂ ਨੇ। ਜਦੋਂ ਅਸੀਂ ਸਤਿਗੁਰਾਂ ਦੀ ਰਚੀ ਹੋਈ ਬਾਣੀ ਨੂੰ, ਰਚਨਾਵਾਂ ਨੂੰ ਪੜ੍ਹਦੇ ਹਾਂ, ਇਹਦੇ ਵਿੱਚ ਬਹੁਤ ਵੱਡਾ ਇੱਕ ਮਨੋਵਿਗਿਆਨਿਕ ਫਲਸਫਾ ਹੈ, ਕਿਉਂਕਿ ਸਾਡੀ ਨਿਤਨੇਮ ਅਤੇ ਅੰਮ੍ਰਿਤ ਸੰਚਾਰ ਦੀਆਂ ਬਾਣੀ ਜਾਪ ਸਾਹਿਬ ਸਵਈਏ ਚੌਪੀ ਪੰਜਾਂ ਬਾਣੀਆਂ ਦੇ ਵਿੱਚ ਸ਼ਾਮਿਲ ਹੈ, ਨਿਤਨੇਮ ਦੀਆਂ ਬਾਣੀਆਂ ਦੇ ਵਿੱਚ ਸ਼ਾਮਿਲ ਹੈ, ਔਰ ਸਤਿਗੁਰਾਂ ਦੇ ਬਾਕੀ ਰਚਨਾਕਾਲ ਨੂੰ ਦਿਵ ਦ੍ਰਿਸ਼ਟੀ ਨਾਲ ਪੜ੍ਹਨ ਦੀ ਸਮਾਜ ਨੂੰ ਲੋੜ ਹੈ ਕਿ ਜਦੋਂ ਕਿਸੇ ਪੈਗੰਬਰੀ ਪੁਰਸ਼ ਨੂੰ, ਉਸ ਅਕਾਲ ਦੇ ਸਰਗੁਣ ਸਰੂਪ ਨੂੰ ਜਿਸ ਨਜ਼ਰੀਏ ਤੋਂ ਪੜ੍ਹਾਂਗੇ ਕਿ ਇਹ ਜਗਤ ਇੱਕ ਤਮਾਸ਼ਾ ਹੈ, ਅਤੇ ਜਗਤ ਤਮਾਸ਼ੇ ਨੂੰ ਜਿਸ ਰੂਪ ਵਿੱਚ ਸਤਿਗੁਰਾਂ ਨੇ ਜਾਣਿਆ, ਸਾਹਮਣੇ ਪੇਸ਼ ਕੀਤਾ, ਬਹੁਤ ਘਟਨਾਵਾਂ ਘਟਣੀਆਂ, ਦਰਦਮੰਦ ਜਿਹੜਾ ਇਤਿਹਾਸ ਵੀ ਹੈ, ਜਦੋਂ ਚੌਹਾਂ ਸਾਹਿਬਜ਼ਾਦਿਆਂ ਦੇ ਅਸੀਂ ਸਾਕਿਆਂ ਬਾਰੇ ਵਿਚਾਰ ਕਰਦੇ ਹਾਂ ਜਾਂ ਸੁਣਦੇ ਹਾਂ ਜਾਂ ਪੜ੍ਹਦੇ ਹਾਂ ਜਾਂ ਇੱਕ ਦੂਜੇ ਨਾਲ ਸਾਂਝ ਪਾਉਂਦੇ ਹਾਂ। ਇਸੇ ਲਈ ਸੰਸਾਰ ਵਿੱਚ ਬੜੇ ਬੜੇ ਦਾਨੀ ਹੋਏ, ਪਰ ਸਰਬੰਸ ਦਾਨੀ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਇਸੇ ਲਈ ਸਤਿਗੁਰਾਂ ਨੇ ਆਪਣੇ ਇਸ ਨਾਦੀ ਪਰਿਵਾਰ 'ਤੇ ਮਾਣ ਕਰਕੇ ਦਮਦਮਾ ਸਾਹਿਬ ਵਿਖੇ ਮਾਤਾ ਸੁੰਦਰੀ ਜੀ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਸੀ, ਇਸ ਖਾਲਸੇ ਵੱਲ ਨਜ਼ਰ ਦੜਾ ਕੇ ਕਿ ਇਨ ਪੁੱਤਰਨ ਕੇ ਸੀਸ ਪਰਵਾਰ ਦੀ ਇਹ ਸੁੱਤ ਚਾਰ, ਚਾਰ ਮੂਹੇ ਤੋਂ ਕਿਆ ਹੋਆ ਜੀਵਤ ਕਈ ਹਜ਼ਾਰ। ਇਹ ਹਜ਼ਾਰਾਂ ਅਸੀਂ ਲੋਕ ਸੰਸਾਰ ਭਰ ਵਿੱਚ ਜਿੱਥੇ ਜਿੱਥੇ ਵੀ ਖਾਲਸਾ ਬੈਠਾ, ਗੁਰੂ ਦਾ ਪਿਆਰਾ ਬੈਠਾ, ਗੁਰੂ ਦਾ ਨਾਦੀ ਪਰਿਵਾਰ ਬੈਠਾ, ਉਹ ਹਮੇਸ਼ਾ ਚੜ੍ਹਦੀ ਕਲਾ ਦੇ ਨਾਲ ਇਹ ਪੁਰਬ ਨੂੰ ਮਨਾਉਂਦਾ, ਔਰ ਸਤਿਗੁਰਾਂ ਦੀ ਹੀ ਬਖਸ਼ਿਸ਼ ਹੈ ਕਿ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪਹਿਲੇ ਜਾਮੇ 'ਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ਼ਬਦ ਗੁਰੂ ਸੁਰਤ ਧੁਨ ਚੇਲਾ ਕਿਹਾ ਸੀ ਸਿੱਧਾਂ ਦੇ ਉੱਤਰ ਵਿੱਚ, ਤਾਂ ਦਸਵੇਂ ਜਾਮੇ ਵਿੱਚ ਕਲਾ ਵਰਤਦੀ ਹੈ ਕਿ ਆਗਿਆ ਪਈਏ ਕਾਲ ਕੀ ਤਵੀ ਚਲਾਇਓ, ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਹੁਕਮ ਹੈ
ਜਿਹੜਾ ਅਸੀਂ ਰੋਜ਼ਾਨਾ ਹੀ ਹਰ ਗੁਰਦੁਆਰਾ ਸਾਹਿਬ ਹਰ ਸਮਾਗਮ ਅਤੇ ਅਰਦਾਸ ਤੋਂ ਬਾਅਦ ਉਸ ਹੁਕਮ ਦੀ ਪਾਲਣਾ ਕਰਦੇ ਹਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਸਾਡੇ ਪੁਰਖੇ ਕਹਿੰਦੇ ਹੁੰਦੇ ਸਨ, ਜਦੋਂ ਤੁਸੀਂ ਗੱਲਾਂ ਕਰਨੀਆਂ ਚਾਹੁੰਦੇ ਹੋ ਤਾਂ ਜਾਪ ਸਾਹਿਬ ਪੜ੍ਹੋ, ਸਵਈਏ ਪੜ੍ਹੋ, ਚੌਪੀ ਦਾ ਪਾਠ ਕਰੋ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਲਾ ਵਰਤਦੀ ਹੈ, ਇਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਹਿ ਲਓ ਤਾਬਿਆ ਦੇ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਜੁਗੋ ਜੁਗ ਅਟਲ, ਸਾਰੇ ਗੁਰੂ ਨੇ, ਸਤਿਗੁਰਾਂ ਦਾ ਇਤਿਹਾਸ ਵੀ ਜੁਗੋ ਜੁਗ ਅਟਲ, ਸਤਿਗੁਰਾਂ ਦਾ ਖਾਲਸਾ ਵੀ ਜੁਗੋ ਜੁਗ ਅਟਲ, ਸਤਿਗੁਰਾਂ ਦੇ ਨਿਸ਼ਾਨ ਅਤੇ ਨਗਾਰੇ ਵੀ ਜੁਗੋ ਜੁਗ ਅਟਲ, ਕਿਉਂਕਿ ਸਿਰਜਣਾ ਕਰਨ ਵਾਲੇ 10 ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਨੇ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪੁਰਬ ਮਨਾ ਕੇ ਅਸੀਂ ਫਿਰ ਇੰਨੇ ਵੱਡੇ ਬੁਲੰਦੀਆਂ 'ਚ ਪਹੁੰਚਦੇ ਹਾਂ ਕਿ ਸੰਸਾਰ ਭਰ ਦੇ ਵਿੱਚ ਸਾਨੂੰ ਸਵੈਮਾਣ ਹੁੰਦਾ ਕਿ ਸਾਡਾ ਗੁਰੂ ਦਾ ਨਾਤੀ ਪਰਿਵਾਰ ਸੰਸਾਰ ਵਿੱਚ ਹੈ। ਸਮੂਹ ਸੰਗਤਾਂ ਨੂੰ, ਸਮੂਹ ਸਰੋਤਿਆਂ ਨੂੰ ਬਹੁਤ ਬਹੁਤ ਮੁਬਾਰਕ। ਸਤਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।